ਤੇ ਉਧਰ ਅੰਮ੍ਰਿਤਸਰ ਦੇ ਚਾਂਦ ਅਵੈਨਿਊ ਇਲਾਕੇ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਦੋ ਗੁੱਟਾਂ ਵਿਚ ਕਾਰ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੁਝ ਦਿਨ ਪਹਿਲਾਂ ਕਾਰ ਪਾਰਕਿੰਗ ਨੂੰ ਲੈ ਕੇ ਗੁਆਂਢ ਵਿਚ ਰਹਿੰਦੀ ਹਰਪ੍ਰੀਤ ਕੌਰ ਨਾਲ ਝਗੜਾ ਹੋ ਗਿਆ ਸੀ ਜਿਸ ਦੇ ਚਲਦਿਆਂ ਉਕਤ ਔਰਤ ਨੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਤੇ ਅੰਨੇ ਵਾਹ ਗੋਲੀ ਚਲਾਉਣੀ ਵੀ ਸ਼ੁਰੂ ਕਰ ਦਿੱਤੀ ਪੀੜਤ ਦੇ ਬੇਟੇ ਗੁਰਮੀਤ ਸਿੰਘ ਨੇ ਕਿਹਾ ਕਿ ਔਰਤ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਥਾਣਾ ਮੁਖੀ ਸਦਰ ਰਾਜਵੀਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜਤ ਗੁਰਮੀਤ ਸਿੰਘ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਾਰਨ ਕੀ ਰਿਹਾ ਹਮਲੇ ਦਾ? ਹਮਲੇ ਦਾ ਕਾਰਨ ਜੀ ਗੱਡੀ ਲਈ ਛੱਡ ਦੇ ਵਿੱਚ ਸਾਡੀ ਸਰਕਾਰ ਦੀ ਆ ਆ ਮੇਰੇ ਅਸੀਂ ਅਸੀਂ ਗੱਡੀ ਲਾਈ ਆ ਸਾਨੂੰ ਆਉਂਦੇ ਵੀ ਇਹ ਥਾਂ ਸਾਡਾ ਅਸੀਂ ਕਿਹਾ ਥਾਂ ਸਰਕਾਰ ਦਾ ਅਸੀਂ ਗੱਡੀ ਲਾਈ ਆ ਰਾਤ ਦੇ 1:30 ਵਜੇ ਆ ਕੇ ਸਾਡੀ ਗੱਡੀ ਦੇ ਸ਼ੀਸ਼ੇ ਤੋੜਤੇ ਆ ਮਗਰ ਦੀ ਬੈਗ ਦੇ ਸ਼ੀਸ਼ੇ ਤੋੜਤੇ ਆ ਉਹ ਕੁੜੀ ਦਾ ਨਾਂ ਤਾਂ ਹੈਗਾ ਹਰਪ੍ਰੀਤ ਉਹਦੇ ਆਦਮੀ ਨੇ ਨਵਾਂ ਕੀਤਾ ਆਦਮੀ ਹੁਣ ਪਹਿਲਾ ਆਦਮੀ ਉਹਨੇ ਛੱਡਤਾ ਆ ਅਤੇ 5-6 ਮਹੀਨੇ ਹੋਏ ਮੁੰਡਾ ਨਵਾਂ ਕੀਤਾ ਅਤੇ ਇਹ ਮੁੰਡੇ ਨੇ ਸਾਡੇ ਨਾਲ ਮੁੜ ਕੇ ਸਵੇਰੇ ਸਾਨੂੰ ਇਹਨੇ ਆਖਿਆ ਵੀ ਅਸੀਂ ਰਾਜੀਨਾਮਾ ਕਰ ਲਾਂਗੇ ਫਿਰ ਇਹਨੇ ਸਾਡੇ ਨਾਲ ਉੱਥੇ ਰਾਜੀਨਾਮਾ ਕੀਤਾ ਸਰਦਾਰ ਗੁਰਜੀਤ ਸਿੰਘ SASI ਉੱਥੇ ਰਾਜੀਨਾਮਾ ਮੰਨ ਕੇ ਆਉਂਦੇ ਜੀ ਅਸੀਂ ਨਾ ਗਲਤੀ ਸੱਸ ਸਹੁਰੀ ਫੀਲ ਹੋ ਗਈ ਆ ਅਤੇ ਮੁੜ ਕੇ ਅਸੀਂ ਗੱਡੀ ਤੁਹਾਡਾ ਸੀਸਾ ਪਵਾ ਦਾਂਗੇ ਅਸੀਂ ਕਿਹਾ ਚਲੋ ਜਿਹਨੇ ਸੀਸਾ ਪਵਾਇਆ ਸੀਸਾ ਪਵਾ ਦਿਓ ਫਿਰ ਮੈਂ ਗੱਡੀ ਆਪਣੀ ਲਾ ਕੇ ਅਤੇ ਮੈਂ ਘਰ ਨੂੰ ਜਾਣ ਡਿਆ ਅਤੇ ਮੇਰਾ ਛੋਟਾ ਬੇਟਾ ਆਉਂਦਾ ਵੀ ਇਹ 5-6 ਬੰਦੇ ਆਏ ਆ ਅਤੇ ਇਹ ਖੜੋਤੇ ਆ ਅਤੇ ਮੈਂ ਉੱਥੇ ਸੰਧੂ ਕਿਰਾਣਾ ਸਟੋਰ ਆ ਅਮਨ ਸੰਧੂ ਕਿਰਾਣਾ ਸਟੋਰ 'ਤੇ ਮੈਂ ਖੜੋਤਾ ਮੈਨੂੰ ਉਹਦਾ ਡੈਡੀ ਮੁੰਡੇ ਬੜੇ ਆਏ ਆ ਅਤੇ ਉਹ ਗੱਡੀ ਜਦੋਂ ਛੋਤੇ ਆ ਅਤੇ ਤੁਸੀਂ ਮੇਰੇ ਨਾਲ ਚੱਲੋ ਮੈਂ ਇਹਦੇ ਕਰ ਦਿਉ ਮੈਂ ਵੀ ਗੱਡੀ ਕਾਕਾ ਗੱਡੀ 'ਤੇ ਲੱਗੀ ਆ ਜਦੋਂ ਸ਼ੀਸ਼ਾ ਪਾਵੇਗਾ ਗੱਡੀ ਗਾਂਹ ਕਰ ਦਾਂਗੇ ਇੰਨੀ ਗੱਡੀ ਕਹਿਣ ਦੀ ਦੇਰ ਆ ਉਹਨੇ ਗੋਲੀ ਕੱਢ ਲਈ ਆ ਸਾਨੂੰ ਪਤਾ ਨਹੀਂ ਜੇ ਸਾਨੂੰ ਪਤਾ ਹੋਵੇ ਕੋਈ ਗੋਲੀਆਂ ਤਾਂ ਅਸੀਂ ਆਪਣੇ ਅੰਦਰ ਕੋਈ ਬੰਦੋਬਸਤ ਕਰਦੇ ਸਰ ਇਹ ਨਾ ਗੱਡੀ ਲੱਗੀ ਸਾਡੇ ਗਵਾਂਢ ਰਹਿੰਦੇ ਆ ਕੱਲ੍ਹ ਨੂੰ ਗੱਡੀ ਲੱਗੀ ਸੀ ਬਾਹਰ ਉਹ ਗਲੀ ਐਕਚੁਅਲੀ ਹੈਗੀ ਸਰਕਾਰੀ ਬਿਲਕੁਲ ਅਤੇ ਉੱਥੇ ਗੱਡੀ ਲੱਗਣ ਕਰਕੇ ਰਾਤ ਆਇਆ ਵਾ 1:30 ਵਜੇ ਪਹਿਲਾਂ ਸਾਡੇ ਵੱਲ ਉੱਥੇ ਆ ਕੇ ਅਤੇ ਇਹਨੇ ਰਾਤ ਸਾਡਾ ਬੂਹਾ ਭੰਨਿਆ ਅਤੇ ਅਸੀਂ ਬਾਹਰ ਨਿਕਲੇ ਹਾਂ ਉਹ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਕੇ ਵੀ ਅਸੀਂ ਕਿਹਾ ਚਲੋ ਸਵੇਰੇ ਸਾਈਡ 'ਤੇ ਕਰ ਲਾਂਗੇ ਬਾਅਦ ਦੇ ਵਿੱਚ ਜਦੋਂ ਅਸੀਂ ਅੰਦਰ ਚਲ ਗਏ ਕਿਤੇ ਰਾਤ ਆਏ ਹੋਣਗੇ ਫਿਰ 2-3 ਘੰਟੇ ਬਾਅਦ ਅਤੇ ਸਾਡੀ ਗੱਡੀ ਦਾ ਬੈਕ ਸ਼ੀਸ਼ਾ ਭੰਨ ਕੇ ਚਲੇ ਗਏ ਮੈਨੂੰ ਇਹਨਾਂ ਦੀ ਕੋਈ ਮਾਮੂਲੀ ਝਗੜਾ ਰਾਤ ਦਾ ਪਤਾ ਲੱਗਿਆ ਕਿ ਰਾਤੀ ਕੋਈ ਇਹਨਾਂ ਦਾ ਕੱਲ੍ਹ ਮਾਮੂਲੀ ਝਗੜਾ ਹੋਇਆ ਸੀ ਉਹ ਜਿਹੜੀ ਹਰਪ੍ਰੀਤ ਕੌਰ ਲੇਡੀ ਆ ਉਹਦੇ ਹਸਬੈਂਡ ਨੇ ਇਹਨਾਂ ਦੀ ਗੱਡੀ ਦਾ ਕਿਤੇ ਸ਼ੀਸ਼ਾ ਤੋੜਤਾ ਜਿਹੜੀ ਬੂਹੇ ਦੇ ਅੱਗੇ ਖਲੋਤੀ ਸੀ ਇਸ ਗੱਲ ਤੋਂ ਤਤਕਾਰ ਹੋਇਆ ਸੀਗਾ ਅਤੇ ਇਸੇ ਗੱਲ ਤੋਂ ਹੀ ਆਪਸ ਵਿੱਚ ਇਹਨਾਂ ਦਾ ਰਾਜ਼ੀਨਾਮਾ ਵੀ ਹੋ ਗਿਆ ਅੱਜ ਚੌਂਕੀ ਬੈਠ ਕੇ ਇਹਨਾਂ ਨੇ ਦੱਸਿਆ ਸਾਡਾ ਰਾਜ਼ੀਨਾਮਾ ਹੋ ਗਿਆ ਅਤੇ ਬਾਹਰ ਆ ਕੇ ਘਰ ਆ ਕੇ ਫਿਰ ਜਿਹੜਾ ਤੈਸ਼ ਵਿੱਚ ਆ ਕੇ ਉਹ ਔਰਤ 'ਤੇ ਜਿਹੜੀ ਉਹਨਾਂ ਨੇ ਇਹਨਾਂ ਦੇ ਗੋਲੀ 'ਚ ਫਾਇਰ ਕਰ ਦਿੱਤਾ ਜੀ ਬਿਲਕੁਲ ਇੱਕ ਗੋਲੀ ਲੱਗੀ ਹੈ ਜੀ ਗੋਲੀ ਪੱਟ 'ਚ ਲੱਗੀ ਹੈ ਜੀ ਦੋਸ਼ੀ ਉਹਨਾਂ ਨੇ ਜੋ ਸਾਨੂੰ ਦੱਸਿਆ ਉਹਨਾਂ ਮੁਤਾਬਕ ਹਰਪ੍ਰੀਤ ਕੌਰ ਉਹਦੇ ਹਸਬੈਂਡ ਇੱਕ ਉਹਨਾਂ ਦੇ ਇਹਨਾਂ ਨੂੰ ਨਾਮ ਦਾ ਨਹੀਂ ਪਤਾ ਅਤੇ ਦੋ ਹੋਰ ਆਦਮੀ ਕਹਿ ਰਹੇ ਸੀ ਨਾਲ ਜਿਹੜੇ ਕਿ ਫੈਸਲੇ ਵਿੱਚ ਆਏ ਸੀ ਉਹ